200 ਆ ਨਾ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਮਾਲ ਹੈ ਇਹਨਾਂ ਕੋਲ ਕਾਫੀ। ਇਹ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿੰਨੇ ਜਾਨਵਰ ਆ ਜੀ ਆਪਣੇ ਕੋਲ? 12 ਜਾਨਵਰ। 12 ਜਾਨਵਰ? 12। ਕਿਹੜੀ ਨਸਲ? ਗੋਰੇ ਆ, ਸਾਹੀਵਾਲ। ਸਾਹੀਵਾਲ ਗੋਰੇ। ਹਾਂ। ਕੀ ਡਿਮਾਂਡ ਸ਼ਮਾਂਡ ਹੈ ਇਹਨਾਂ ਦੀ? ਇਹਦਾ 75 ਹਜ਼ਾਰ। ਬਾਕੀ ਸਾਰੀ ਢੇਰੀ ਦਾ ਇੱਦਾਂ ਜਾਂ ਲੈਦਾ ਲੈਦਾ? ਸਾਰੀ ਢੇਰੀ ਦਾ 75। 75? ਹਾਂ 75। ਅਤੇ ਵਜ਼ਨ ਕਿੰਨਾ ਕੁ ਹੋਏਗਾ ਇਹਨਾਂ ਦਾ? ਵੇਖ ਲਓ, ਅੱਜ 4-4 ਮਣ ਤੋਂ ਭਾਰੇ ਆ। 4 ਮਣ ਤੋਂ ਭਾਰੇ ਆ ਅਤੇ ਸਿਆਹੀਵਾਲ ਨਸਲ ਆ। ਅਤੇ ਲੱਗਦੇ ਕਿੰਨੇ ਪਏ ਤੁਹਾਨੂੰ? ਲੱਗਦੇ ਕਿੰਨੇ ਪਏ? 65 ਦੇ ਪਾ ਮੰਗੀ ਜਾ। 65? 65 ਲੱਗਦਾ ਵਾ? 65 ਦੇ ਪਾ ਮੰਗੀ ਜਾ। 65 ਮੰਗ ਰਹੇ ਹੋ? ਨਹੀਂ ਨਹੀਂ, ਲੱਗੀ ਜਾਂਦਾ 65। ਅੱਛਾ, 65 ਹਜ਼ਾਰ ਲੱਗ ਰਿਹਾ ਵਾ, 75 ਹਜ਼ਾਰ ਡਿਮਾਂਡ। ਹਾਂ। ਅਤੇ ਆਹ ਜਿਹੜੀ ਨਸਲ ਆ ਕਿਹੜੀ? ਚਿੱਟੇ? ਇਹ ਧੰਨੀ ਦੇ ਆ। ਧੰਨੀ ਦੇ? ਹਾਂ। ਇਹ ਤੁਸੀਂ ਘਰ ਦੇ ਪਾਲੇ ਆ ਜਾਂ ਮੁੱਲ ਵਗੈਰਾ ਲੈ? ਮੁੱਲ ਲਿਆਂਦੇ। ਮੁੱਲ ਲਿਆ? ਹਾਂ, ਬਾਬਲਪੁਰ। ਕਿਹੜੀ ਜਗ੍ਹਾ ਤੋਂ ਆਏ? ਮੀਆਂ ਚੰਨੂ ਆਏ। ਮੀਆਂ ਚੰਨੂ ਤੋਂ ਆਏ? ਮੀਆਂ ਚੰਨੂ ਤੋਂ। ਆਪਣਾ ਨੰਬਰ ਬੋਲੋਗੇ ਜੇ ਕਿਸੇ ਬੰਦੇ ਨੇ ਮਾਲ ਲੈਣਾ ਹੋਵੇ ਤੁਹਾਡੇ ਨਾਲ ਰਾਬਤਾ ਕਰ ਲਏਗਾ? ਕਰ ਲਵੇ। ਨੰਬਰ ਦੱਸੋ ਆਪਣਾ। 0306-7597-011। 7597-011 ਜੀ। ਮੀਆਂ ਚੰਨੂ ਤੋਂ ਮਾਲ ਆਇਆ ਇਹ। ਪੁੱਠੇ ਦੇ ਹਿਸਾਬ ਨਾਲ ਵੀ ਵੇਚਦੇ, ਸਾਰੀ ਢੇਰੀ ਵੀ ਵੇਚ ਰਹੇ ਆ, ਅਤੇ ਬਾਕੀ ਤੁਸੀਂ ਦੇਖ ਲਓ ਕੀ ਸਹੀ ਹੈ ਕੀ ਗਲਤ। ਬਾਕੀ ਰੇਟ ਠੀਕ ਆ, ਮਾਲ ਵੀ ਮਾਸ਼ਾਅੱਲਾ ਖੂਬਸੂਰਤ ਸੋਹਣੇ। ਉਹ ਪਹੁੰਚੇ ਹਾਂ ਇੱਕ ਹੋਰ ਵਪਾਰੀ ਕੋਲ, ਅਤੇ ਭਾਈ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ, ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿੰਨੇ ਦੇ ਜਾਨਵਰ ਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਕਿੰਨੇ ਜਾਨਵਰ ਆ ਜੀ ਆਪਣੇ? 2 ਆ ਜੀ। ਕਿੱਥੋਂ ਲੈ ਕੇ ਆਏ? ਇੱਥੋਂ ਫੜੇ ਨੇ ਜੀ। ਇੱਥੋਂ ਮੁੱਲ ਲਏ ਨੇ ਜੀ? ਹਾਂ। ਕਿੰਨੇ ਦੇ ਲਏ ਆ? ਇਹ ਲਿਆ ਜੀ 27,000 ਦਾ। 27,000 ਦਾ? ਹਾਂਜੀ। ਇਹ ਲਿਆ 36,000। 36,000 ਦਾ ਇਹ ਖਰੀਦੇ ਨੇ? ਹਾਂਜੀ। ਸਹੀ ਹੈ। ਤਾਂ ਨਸਲ ਕਿਹੜੀ ਹੈਗੀ ਹੈ? ਦੇਸੀ ਤੇ ਰਲੇ ਹੋਏ ਨੇ। 200 ਤੁਸੀਂ ਦੇਖ ਸਕਦੇ ਹੋ, ਆ ਲਾਲ ਵੱਛਾ 27,000 ਦਾ, ਤੇ ਆ 36,000 ਦਾ। ਨਸਲਾਂ ਕਿਹੜੀਆਂ ਕੋ ਪਤਾ ਹੈ? ਦੇਸੀ ਨੇ ਜੀ। ਦੇਸੀ? ਪਿਓਰ ਦੇਸੀ? ਵਪਾਰੀ ਹੋ ਤੁਸੀਂ? ਮੂੰਹ ਉਧਰ ਨੂੰ ਕਰ ਲਓ ਕੈਮਰੇ। ਕਿਹੜੀ ਵਪਾਰੀ ਹੋ ਤੁਸੀਂ? ਹਾਂਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਜੰਡਿਆਲੀ ਬੰਗਲੇ ਚੋਂ। ਮੀਆਂ ਚੰਨੂ ਕੋਲ? ਹਾਂਜੀ, ਮੀਆਂ ਚੰਨੂ। ਸਹੀ ਹੈ। ਨੰਬਰ ਦਿਓਗੇ ਆਪਣਾ? ਲੈ ਲਓ ਨੰਬਰ, ਬੋਲ ਦਿਓ ਨੰਬਰ। 0306-1651। ਠੀਕ ਹੋ ਗਿਆ ਜੀ, ਬੜੀ ਮਿਹਰਬਾਨੀ।